प्यारी सास संगत जीओ, मालक ने अमृत वेला बख्शिया है। अपनिया मनोबिरतियां एकागर करिए ते सारे गज के फतेह बुलाओ जी। वाहेगुरु जी का खालसा, वाहेगुरु जी की फतेह। शुकराने हन मेरे गुरु नानक दे जिन्होंने अपना तरस बनाया है ते संगतां नू अपनी प्यारी ते मिठी गोद विच आन बिठाया है। मालक अगे अरदास करिए सच्चे पातशाह ये जड़िया घड़ियां सानू बख्शियां हन, आप किरपा करना साढ़े ते साढ़े जिहड़े अंदरले मन हन आप दे चरणां नाल जुड़ जाण ते जिहड़ियां आपने घड़ियां बख्शियां हन आप दा प्यार माण सकीए। आओ सरे आओ सारे मूल मंत्र गुरु मंत्र दे जाप दे नाल जुड़िए, अपनिया मनोबिरतियां एकागर करके मालक दे चरणा विच अपना सारा ध्यान ला लिए जीओ। वाहे गुरु वाहे
Vaheguru, 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 Vaheguru,
Bye.
Back to back.
ਸਤਿ ਨਾਮ ਕਰਤਾ
तुद त्याई
ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਨਾਨਕ ਮਿਹਰ ਕਰੋ, ਮਿਹਰ ਕਰੋ, ਮਿਹਰ ਕਰੋ, ਨਾਨਕ ਮਿਹਰ ਕਰੋ, ਮਿਹਰ ਕਰੋ, ਮਿਹਰ ਕਰੋ, ਬੈਠਤ ਸੋਵਤ ਜਾਗਤ, ਬੈਠਤ ਸੋਵਤ ਜਾਗਤ, ਇਹ ਮਨ ਤੁਝੈ ਚਿਤਾਰੈ, ਇਹ ਮਨ ਤੁਝੈ ਚਿਤਾਰੈ, ਇਹ ਮਨ ਤੁਝੈ ਚਿਤਾਰੈ, ਇਹ ਮਨ ਤੁਝੈ ਚਿਤਾਰੈ, ਐਸੀ ਕਿਰਪਾ
ਆਪਣਾ ਨਾਮ ਦੇ ਹੋ
Yeah.
ਸੋ ਕਿਉਂ ਵਿਸਰੈ ਮੇਰੀ ਮਾਏ।
ਸੋ ਕਿਉਂ ਵਿਸਰੈ ਮੇਰੀ ਮਾਏ। ਇਹ ਸੱਚੇ ਪਾਤਸ਼ਾਹ ਇੱਕ ਖਿੰਨ ਪਲ ਵੀ ਸਾਡੇ ਤੋਂ ਨਾ ਵਿਸਰਨਾ, ਇਹ ਸਾਡੀ ਬੇਨਤੀ ਹੈ, ਜੋਦੜੀ ਹੈ ਆਪਦੇ ਚਰਨਾਂ ਦੇ ਵਿੱਚ। ਮਾਲਕ ਨੇ ਬੜੀ ਅਪਾਰ ਕਿਰਪਾ ਕੀਤੀ ਹੈ, ਆਪਣੇ ਬੱਚੇ ਬੱਚੀਆਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਆਪਣੀ ਗੋਦ ਵਿੱਚ ਆਣ ਬਿਠਾਇਆ ਹੈ। ਅੰਮ੍ਰਿਤ ਵੇਲਾ ਬੜੀ ਨਿਆਮਤ ਹੈ, ਸਭ ਤੋਂ ਵੇਲਾ ਜਿਹੜਾ ਗੁਰੂ ਨਾਨਕ ਨੂੰ ਚੰਗਾ ਲੱਗਦਾ ਹੈ ਉਹ ਹੈ ਅੰਮ੍ਰਿਤ ਵੇਲਾ। ਜਿਸ ਤੇ ਦਿਆਲ ਹੋ ਜਾਣ, ਜਿਸ ਤੇ ਕਿਰਪਾਲ ਹੋ ਜਾਣ, ਉਸਨੂੰ ਅੰਮ੍ਰਿਤ ਵੇਲਾ ਬਖਸ਼ਦੇ ਹਨ। ਅੰਮ੍ਰਿਤ ਵੇਲੇ ਦੀ ਭਗਤੀ ਪ੍ਰਵਾਨ ਹੈ, ਕਿਉਂਕਿ ਇਸ ਟਾਈਮ ਜਿਹੜੀਆਂ ਮਨੋ ਬਿਰਤੀਆਂ ਹਨ ਉਹ ਇਕਾਗਰ ਚਿੱਤ ਹੁੰਦੀਆਂ ਹਨ। ਜੇ ਇਹੀ ਨਾਮ ਦੁਪਹਿਰ ਨੂੰ ਜਪਦੇ ਹਾਂ, ਸ਼ਾਮ ਨੂੰ ਜਪਦੇ ਹਾਂ, ਤੇ ਬਿਰਤੀਆਂ ਜਿਹੜੀਆਂ ਖਿੰਡੀਆਂ ਰਹਿੰਦੀਆਂ ਹਨ, ਲੇਕਿਨ ਅੰਮ੍ਰਿਤ ਵੇਲੇ ਦੀ ਬਿਰਤੀ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੀ ਹੈ। ਮਾਲਕ ਨੇ ਅੰਮ੍ਰਿਤ ਵੇਲਾ ਬਖਸ਼ਿਆ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਸ ਤਰ੍ਹਾਂ ਅੱਜ ਅੰਮ੍ਰਿਤ ਵੇਲਾ ਬਖਸ਼ਿਆ ਹੈ, ਕੱਲ੍ਹ ਫਿਰ ਇਸੇ ਤਰੀਕੇ ਆਪਣੀ ਪਿਆਰੀ ਗੋਦ ਦਾ ਆਨੰਦ ਸਾਰੀਆਂ ਸੰਗਤਾਂ ਨੂੰ ਬਖਸ਼ਣ, ਜਿਹੜੇ ਇੱਥੇ ਬੈਠੇ ਹਨ ਗੁਰੂ ਚਰਨਾਂ ਦੇ ਵਿੱਚ ਅਰਜੋਈਆਂ ਕਰ ਰਹੇ ਹਨ, ਜਿਹੜੇ ਘਰਾਂ ਵਿੱਚ ਬੈਠ ਕੇ ਚੌਕੜੀਆਂ ਮਾਰ ਕੇ ਬੈਠੇ ਹਨ, ਗੁਰੂ ਦੇ ਚਰਨਾਂ ਨਾਲ ਜੁੜੇ ਹਨ। ਮਾਲਕ ਸਾਰਿਆਂ 'ਤੇ ਕਿਰਪਾ ਕਰਨ, ਅੰਮ੍ਰਿਤ ਵੇਲਾ ਬਖਸ਼ਣ। ਅੰਮ੍ਰਿਤ ਵੇਲੇ ਦਾ ਜਪਿਆ ਥਾਂ ਪੈਂਦਾ ਹੈ, ਕਿਉਂਕਿ ਇਸ ਵੇਲੇ ਮੇਰੇ ਗੁਰੂ ਨਾਨਕ ਅਪਾਰ ਕਿਰਪਾ ਬਖਸ਼ਦੇ ਹਨ। ਸੱਚੇ ਪਾਤਸ਼ਾਹ ਦੇ ਅੱਗੇ ਅਰਜੋਈਆਂ ਕਰਦੇ ਰਹੀਏ, ਸੱਚੇ ਪਾਤਸ਼ਾਹ ਜਿਹੜੀ ਚੀਜ਼ ਆਪ ਨੂੰ ਚੰਗੀ ਲੱਗਦੀ ਹੈ ਉਹ ਸਾਨੂੰ ਬਖਸ਼ਦੇ ਰਹਿਣਾ, ਸਾਡੀ ਗੋਦ ਨਾਮ ਦੇ ਨਾਲ ਭਰੀ ਰੱਖਣਾ, ਇਹ ਅਪਾਰ ਕਿਰਪਾ ਹੈ ਮੇਰੇ ਮਾਲਕ ਦੀ। ਆਖਣ ਔਖਾ ਸਾਚਾ ਨਾਉ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਜੇ ਮੈਂ ਤੁਹਾਨੂੰ ਜਪਦਾ ਹਾਂ ਤੇ ਮੈਂ ਜੀਂਦਾ ਹਾਂ, ਇਹ ਸਾਡੀ ਬਿਰਤੀ ਬਣੇ, ਤੇ ਜਿਸ ਵਕਤ ਤੇਰਾ ਨਾਮ ਸਾਨੂੰ ਚੇਤੇ ਨਾ ਆਵੇ ਉਸ ਵੇਲੇ ਸਮਝੀਏ ਸਾਡੀ ਮੌਤ ਹੈ। ਇਹ ਆਪਣੀਆਂ ਮਨੋਬਿਰਤੀਆਂ ਸੀ ਮਾਲਕ ਦੇ ਚਰਨਾਂ ਨਾਲ ਜੋੜ ਕੇ ਮਾਲਕ ਕੋਲੋਂ ਮੰਗਣਾ ਹੈ ਕਿ ਸੱਚੇ ਪਾਤਸ਼ਾਹ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਉਹ ਸਾਡੀ ਝੋਲੀ 'ਚ ਪਾਓ। ਇਹ ਅੰਮ੍ਰਿਤ ਵੇਲਾ ਕਦੇ ਵੀ ਸਾਡੀ ਜ਼ਿੰਦਗੀ 'ਚ ਐਸਾ ਟਾਈਮ ਨਾ ਆਵੇ ਜਿਸ ਦਿਨ ਸਾਨੂੰ ਅੰਮ੍ਰਿਤ ਵੇਲਾ ਨਾ ਮਿਲੇ। ਇਹ ਦਾਤਾ ਬਬੀਹ ਨੇ ਵੀ ਪੁਕਾਰ ਕੀਤੀ, ਤੇ ਕੀਤੀ ਕਦੋਂ? ਅੰਮ੍ਰਿਤ ਵੇਲੇ ਜਦੋਂ ਪੁਕਾਰ ਕੀਤੀ ਤੇ ਮਾਲਕ ਦੇ ਮਨ ਵਿੱਚ ਦਇਆ ਆਈ, ਤੇ ਫਿਰ ਮੇਘੇ ਨੂੰ ਫੁਰਮਾਨ ਕਰ ਦਿੱਤਾ ਕਿ ਵਰਸੋ, ਅੱਜ ਬਬੀਹ ਦੀ ਪੁਕਾਰ ਹੈ। ਇਸੇ ਤਰੀਕੇ ਸਾਡੀਆਂ ਮਨੋਬਿਰਤੀਆਂ ਵੀ ਉਸ ਬਬੀਹੇ ਵਰਗੀਆਂ ਹੋ ਜਾਣ, ਉਸ ਮਾਲਕ ਅੱਗੇ ਪੁਕਾਰ ਕਰੀਏ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਮੇਰੇ ਮਾਲਕ ਉਸਨੂੰ ਬਾਂਹ ਫੜ ਕੇ ਉਸਦੀ ਆਪ ਉਠਾ ਲੈਂਦੇ ਹਨ,
ਫਿਰ ਇਸ਼ਨਾਨ ਕਰਕੇ ਨਾਮ ਦੇ ਵਿੱਚ ਜੁੜ ਜਾਂਦੇ ਹਨ। ਸਭ ਤੋਂ ਵੱਡਾ ਕੀ ਹੈ? ਨਾਮ ਜਪਣਾ ਅਤੇ ਫਿਰ ਨਾਮ ਜਪ ਕੇ ਉਸ ਨੂੰ ਸੰਭਾਲਣਾ। ਮਹਾਂਪੁਰਖਾਂ ਕੋਲ ਕਿਸੇ ਨੇ ਬਚਨ ਕੀਤੇ ਕਿ ਸੱਚੇ ਪਾਤਸ਼ਾਹ ਨਾਮ ਨੂੰ ਕਿਸ ਤਰ੍ਹਾਂ ਸੰਭਾਲਿਆ ਜਾਏ, ਅਤੇ ਅੱਗੋਂ ਮਹਾਂਪੁਰਖਾਂ ਨੇ ਸੋਝੀ ਪਾਈ। ਕਹਿੰਦੇ ਇੱਕ ਤਾਂ ਆਪਣਾ ਆਪ ਜ਼ਾਹਰ ਨਹੀਂ ਕਰਨਾ, ਜੇ ਤੁਸੀਂ ਅੰਮ੍ਰਿਤ ਵੇਲਾ ਸੰਭਾਲਿਆ ਹੈ ਉਹ ਬਹੁਤਾ ਕਿਸੇ ਨੂੰ ਜ਼ਾਹਰ ਨਾ ਕਰੋ, ਇਸ ਭਗਤੀ ਨੂੰ ਆਪਣੇ ਅੰਦਰ ਹੀ ਰੱਖੋ ਅਤੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹੋ ਕਿ ਸੱਚੇ ਪਾਤਸ਼ਾਹ ਜੇ ਸਾਨੂੰ ਤੁਸੀਂ ਭਗਤੀ ਬਖਸ਼ੀ ਹੈ ਇਸ ਨੂੰ ਜਰਨ ਦੀ ਸ਼ਕਤੀ ਵੀ ਬਖਸ਼ਣਾ। ਫਿਰ ਕਹਿੰਦੇ ਉਸ ਨੂੰ ਕਦੀ ਵੀ ਆਪਣੇ ਮਾੜੇ ਬੋਲ ਕਿਸੇ ਨੂੰ ਬੋਲ ਕੇ ਕਿਸੇ ਦਾ ਦਿਲ ਨਾ ਦੁਖਾਓ, ਜੇ ਕਿਸੇ ਦਾ ਦਿਲ ਦੁਖਾ ਦਿੱਤਾ ਤੁਹਾਡੀ ਅੰਮ੍ਰਿਤ ਵੇਲੇ ਦੀ ਭਗਤੀ ਵੀ ਵਿਅਰਥ ਜਾਏਗੀ, ਕਿਉਂਕਿ ਤੁਹਾਡੇ ਮਨ ਵਿੱਚ ਇਸ ਚੀਜ਼ ਦੀ ਹੋਮੇ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠਿਆ ਹਾਂ। ਕਹਿੰਦੇ ਇਹ ਹੋਮੇ ਕਦੀ ਵੀ ਨਾ ਕਰਨਾ, ਆਪਣਾ ਨਿਮਾਣਾਪਣ ਮਾਲਕ ਦੇ ਚਰਨਾਂ ਦੇ ਵਿੱਚ ਰੱਖਣਾ ਅਤੇ ਮਾਲਕ ਕੋਲੋਂ ਮੰਗਣਾ, ਸੱਚੇ ਪਾਤਸ਼ਾਹ ਜਿਹੜਾ ਹੁਣ ਨਾਮ ਜਪਾਇਆ ਹੈ ਉਸਨੂੰ ਜਰਨ ਦੀ ਸਾਨੂੰ ਸ਼ਕਤੀ ਵੀ ਬਖਸ਼ਣਾ, ਇਹ ਸਾਡੇ ਮਨ ਦੇ ਅੰਦਰ ਵਸ ਜਾਵੇ ਆਪਦਾ ਨਾਮ, ਇਹ ਮਾਲਕ ਕੋਲੋਂ ਮੰਗਦੇ ਰਹਿਣਾ ਹੈ, ਕਿਉਂਕਿ ਮੇਰੇ ਮਾਲਕ ਬੜੇ ਦਿਆਲੂ ਹਨ, ਕਿਰਪਾਲੂ ਹਨ, ਆਪਣੀਆਂ ਨਾਮ ਦੀਆਂ ਦਾਤਾਂ ਸਾਨੂੰ ਵੰਡਦੇ ਹਨ, ਆਪਣਾ ਪਿਆਰ ਬਖਸ਼ਦੇ ਹਨ, ਅਸੀਂ ਪਾਤਰ ਬਣ ਜਾਈਏ ਉਸ ਮਾਲਕ ਦੇ ਪਿਆਰ ਦੇ। ਇਹ ਅਰਜੋਈਆਂ ਬੇਨਤੀਆਂ ਜੋਦੜੀਆਂ ਉਸ ਮਾਲਕ ਦੇ ਚਰਨਾਂ ਵਿੱਚ ਕਰੀਏ। ਆਓ ਸਾਰੇ ਰਲ ਕੇ ਉਸ ਮਾਲਕ ਦੇ ਕੋਲੋਂ ਨਾਮ ਦੀ ਜਾਚਨਾ ਕਰਦੇ ਹੋਈਏ, ਇਹੀ ਮੰਗੀਏ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਕਿਉਂਕਿ ਨਾਮ ਜਪਣਾ ਬਹੁਤ ਔਖਾ ਹੈ। ਜੇ ਮੇਰੇ ਮਾਲਕ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖ ਲੈਣ ਤਾਂ ਆਪ ਜਪਵਾ ਵੀ ਲੈਣਗੇ। ਆਓ ਬੇਨਤੀਆਂ ਦੇ ਵਿੱਚ ਜੁੜ ਜਾਈਏ, ਗੁਰ ਸ਼ਬਦ ਦੇ ਨਾਲ, ਗੁਰ ਮੰਤਰ ਦੇ ਨਾਲ, ਗੁਰ ਦੇ ਜਾਪ ਦੇ ਨਾਲ ਜੁੜ ਜਾਈਏ ਜੀਓ। ਇਹੋ ਮਨੁਆ, ਇਹੋ ਮਨੁਆ, ਸਾਰੀ ਹੈ ਬਹਿਣ ਦਿਆਂ ਉੱਠਦਿਆਂ
ਵਾਹਿਗੁਰੂ 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 ਵਾਹਿਗੁਰੂ
Bye.
ਨਾਮ ਨਾ ਵਿਸਰੈ, ਨਾਮ ਨਾ ਵਿਸਰੈ, ਇਹੀ ਮਾਲਕ ਕੋਲੋਂ ਮੰਗਣਾ ਹੈ। ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਐਸੀ ਕਿਰਪਾ ਕਰ ਦਿਓ, ਇਹ ਨਾਮ ਸਾਡੇ ਹਿਰਦੇ ਵਿੱਚ ਵੱਸ ਜਾਏ, ਇਹ ਕਦੇ ਵੀ ਨਾ ਵਿਸਰੇ। ਅਤੇ ਪਿਆਰੀ ਸਾਧ ਸੰਗਤ ਜੀਓ, ਕੱਲ੍ਹ ਅੰਮ੍ਰਿਤ ਵੇਲੇ ਜੋ ਸਿਮਰਨ ਸਾਧਨਾ ਹੈ ਉਹ ਦਿੱਲੀ ਲਾਈਵ ਪ੍ਰੋਗਰਾਮ ਚੱਲਣਗੇ, ਅਤੇ ਦਿੱਲੀ ਦੀਆਂ ਸੰਗਤਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਜਿਹੜਾ ਪ੍ਰੋਗਰਾਮ ਦਿੱਲੀ ਦੇ ਵਿੱਚ ਲਾਈਵ ਹੋਣਾ ਹੈ ਸਿਮਰਨ ਸਾਧਨਾ ਦਾ, ਅਤੇ ਸਾਰੀਆਂ ਸੰਗਤਾਂ ਦਿੱਲੀ ਦੀਆਂ ਹੋਮ ਹੋਮ ਆ ਕੇ ਗੁਰੂ ਚਰਨਾਂ ਵਿੱਚ ਜਾ ਕੇ ਬੈਠਣਾ ਹੈ, ਅਤੇ ਜਿਹੜੇ ਪ੍ਰੋਗਰਾਮ ਸਿਮਰਨ ਸਾਧਨਾ ਦੇ ਹੋਏ ਹਨ ਉਹ ਆਪ ਨੇ ਘਰਾਂ ਵਿੱਚ ਬੈਠ ਕੇ ਨਹੀਂ ਸਰਵਣ ਕਰਨੇ, ਸਗੋਂ ਜਿੱਥੇ ਪ੍ਰੋਗਰਾਮ ਹੋ ਰਹੇ ਹਨ ਉਸ ਸਥਾਨ 'ਤੇ ਜਾ ਕੇ ਇਹ ਪ੍ਰੋਗਰਾਮ ਸਰਵਣ ਕਰਨੇ ਹਨ, ਅਤੇ ਮਾਲਕ ਦੇ ਚਰਨਾਂ ਦੇ ਵਿੱਚ ਜੋੜਨਾ ਹੈ। ਇਹ ਖਾਸ ਕਰਕੇ ਦਿੱਲੀ ਦੀਆਂ ਸੰਗਤਾਂ ਵਾਸਤੇ ਬੇਨਤੀ ਹੈ, ਉਹ ਕੱਲ੍ਹ ਅੰਮ੍ਰਿਤ ਵੇਲਾ ਜਿਸ ਸਥਾਨ 'ਤੇ ਹੋ ਰਿਹਾ ਹੈ ਉਸ ਸਥਾਨ 'ਤੇ ਆਪ ਪਹੁੰਚਣਾ ਹੈ, ਅਤੇ ਆਪ ਪਹੁੰਚ ਕੇ ਉੱਥੇ ਸਿਮਰਨ ਸਾਧਨਾ ਜੋ ਅਟੈਂਡ ਕਰਨੀ ਹੈ। ਅਤੇ ਪਿਆਰੀ ਸਾਧ ਸੰਗਤ ਜੀਓ, ਜਲੰਧਰ ਤੋਂ ਦਲਜੀਤ ਕੌਰ ਜੀ ਦੋ ਸਰੀਰ ਪਹੁੰਚੇ ਹਨ ਜੀ ਆਇਆਂ ਨੂੰ ਜੀ। ਨੂਰ ਮਹਿਲ ਤੋਂ ਪ੍ਰਭਦੀਪ ਸਿੰਘ ਜੀ 3 ਸਰੀਰ ਪਹੁੰਚੇ ਹਨ ਜੀ ਜੀ ਆਇਆਂ ਨੂੰ ਜੀ। ਬੱਚਿਆਂ ਦੇ ਪਦਾਰਥਾਂ ਦੀ ਸੇਵਾ ਰਣਵੀਰ ਸਿੰਘ ਜੀ ਵੱਲੋਂ ਸੁਖਸੀਰਤ ਕੌਰ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਪਦਾਰਥ ਲੈ ਕੇ ਆਏ ਹਨ, ਬੱਚੇ ਦਾ ਜਨਮ ਦਿਨ ਹੈ। ਅਤੇ ਕੱਲ੍ਹ ਦੀ ਜੋ ਸਿਮਰਨ ਸਾਧਨਾ ਉਹ ਦਿੱਲੀ ਤੋਂ ਲਾਈਵ ਹੋਏਗੀ, ਸਾਰੀਆਂ ਸੰਗਤਾਂ ਨੇ ਦਿੱਲੀ ਦੀਆਂ ਖਾਸ ਕਰਕੇ ਦਿੱਲੀ ਦੀਆਂ ਸੰਗਤਾਂ ਅਤੇ ਹੋਰ ਵੀ ਜਿਹੜੇ ਦਿੱਲੀ ਦੇ ਨੇੜਲੇ ਸ਼ਹਿਰ ਹਨ ਉਹਨਾਂ ਨੇ ਉੱਥੇ ਪਹੁੰਚ ਕੇ ਉਸ ਸਥਾਨ 'ਤੇ ਪਹੁੰਚ ਕੇ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਕੱਲ੍ਹ ਦਾ ਜੋ ਅੰਮ੍ਰਿਤ ਵੇਲਾ ਹੈ ਉਹ ਕਰਨਾ ਹੈ। ਇਹ ਬੇਨਤੀ ਹੈ, ਆਪ ਨੇ ਪ੍ਰਵਾਨ ਕਰਨੀ ਹੈ। ਆ ਹੁਣ 2-4 ਲੈਣਾ ਕਵਿਤਾ ਦੀਆਂ, ਫਿਰ ਉਸ ਤੋਂ ਬਾਅਦ ਸਮਾਪਤੀ ਹੈ ਜੀ। ਅਰਦਾਸ ਹੁਕਮਨਾਮਾ ਮਾਲਕ ਦਾ ਸਰਵਣ ਕਰਕੇ ਸੰਗਤਾਂ ਨੇ ਪ੍ਰਸ਼ਾਦ ਲੈ ਕੇ ਜਾਣਾ ਹੈ ਜੀ। ਇਹ ਬੇਨਤੀ ਹੈ। ਐਸੀ ਦਇਆ ਕਰੋ ਮਹਾਰਾਜ, ਕਰੋ ਮਹਾਰਾਜ, ਨਾਮ ਨਾ ਵਿਸਰੈ, ਨਾਮ ਨਾ ਵਿਸਰੈ।
Bye.
ਤੇਰੀਆਂ ਦਲੀ ਜਾਣਾ ਮੈਂ ਖੈੜਾ ਨਹੀਂ ਉਹ ਛੱਡਣਾ ਤੇਰੀਆਂ ਦਹਲੀ ਜਾਣਾ ਮੈਂ ਖੈੜਾ ਨਹੀਂ ਉਹ ਛੱਡਣਾ ਖੈੜਾ ਨਹੀਂ ਉਹ ਛੱਡਣਾ
ਸਿਫਤੀ ਦਾ ਘਰ ਮਿਲਿਆ ਜਿਹਦੀਆਂ ਸਿਫਤਾਂ ਵਾਹਿਗੁਰੂ ਤੇਰਾ ਸ਼ੁਕਰ ਹੈ।
ਸ਼ੁਕਰਾਨਾ ਹੈ, ਸ਼ੁਕਰ ਸ਼ੁਕਰਾਨਾ ਹੈ, ਆਪਣਾ ਨਾਮ ਆਪ ਜਪਾਵੋ, ਸ਼ਬਦ ਗਾਵਣੇ ਆਈਆਂ ਹਰੀ ਤੇਰਾ ਮਨ ਜਿਨੀ ਵਸਾਇਆ, ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ, ਅਨਾਨ ਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ, ਸਭ ਨਾਗਲਾ ਸਮਰਾਟ ਸੁਆਮੀ ਸੋ ਕਿਉਂ ਮਨੋ ਵਿਸਾਰੇ, ਤੇਰੇ ਨਾਮ ਮਨ ਵਸਾਵੇ, ਨਾਮ ਜਿਪੇ ਮਨ ਵਸਿਆ ਵਾਜੇ ਸ਼ਬਦ ਕਿਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਤੇਰਾ ਜਿਨ ਹੁਕਮਾਂ ਸਭ ਗਵਾਈਆਂ, ਹਰ ਸ਼ਾਨ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਰਾਹੁਲ ਬਾਣ ਕਿਤਾ ਗੁਰ ਵਿਟੋ ਜਿਸ ਦੀ ਆਏ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋਪਿਆ, ਸਾਚਾ ਨਾਮ ਮੇਰਾ ਵਾਜੇ ਪੰਜ ਵਾਜੇ ਕਰ ਸਵਾਗੇ ਸ਼ਬਦ ਵਾਜੇ ਗੱਲਾਂ ਦੀ ਕਰਤਾਰੀਆ, ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ, ਗੁਰਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਲੈ ਸੁਖੋਆ ਦਿਤ ਕਰ ਅਨਹਦ ਵਾਜੇ, ਅਨਹਦ ਨੋ ਵਟਾ ਗਿਓ ਸਗਲ ਮਨੋਰਥ ਪੂਰੇ, ਆਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸਾਸੇ ਪੂਰੇ ਗੁਰਦੇ ਜਾਣੀ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ, ਗਵਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤ
ਸਕਲ ਜਗਤ ਗਿਆਈਆਂ ਬੁਰਿਆਈਆਂ ਵਾਚੇ ਤਨ ਬਹਾਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਕੇ ਮੁਸਕਤ ਕਾਲ ਨਾਨਕ ਦੇ ਮੁਖ ਪੁਜਲੇ ਇਤੇ ਛੁੱਟੀ ਨਾਲ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੂੰ ਠਾਕੁਰ ਤੁਮ ਪੈਰ ਦਾਸ ਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਅਰਦਾਸ ਤਿਨੇ ਤਾਪ ਨਿਵਾਰਣ ਹਾਰਾ ਦੁਖੰਤਾ ਸੁਖ ਰਾਸ ਤਾਕੋ ਬਿਗਨ ਨਾ ਕਉ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੋਤੀ ਜੀ ਸਹਾਏ ਵਾਹ ਸ਼੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੋ ਨਿਦਾਵੇ ਤਾਏ ਸਭ ਥਾਈ ਹੋਈ ਚ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਓ ਸਭ ਥਾਈ ਹੋਏ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਕੇ ਚੱਕਿਆ ਦੇਖ ਚਲਾਈ ਤੇਗ ਬਹਾਈ ਦੇਖ ਕੇ ਅੰਡਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਪਰ ਧਰਮ ਨਹੀਂ ਹਾਰਿਆ
ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ਼੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਬਖਸ਼ੋ ਜੀਓ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ। ਸਿੱਖਾਂ ਦਾ ਹੋਵੇ ਜੀ ਮਨ ਨੀਵਾਂ, ਮਤ ਉੱਚੀ, ਮਤ ਪਦ ਦੇ ਰਾਖੇ, ਹੇ ਅਕਾਲ ਪੁਰਖ ਵਾਹਿਗੁਰੂ ਜੀ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਸਿੱਖ ਪੰਥ ਵਿਛੜ ਚੁੱਕਾ ਹੈ, ਤਿਨ੍ਹਾਂ ਕੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨਿਤਾਣਿਆਂ ਦੇ ਤਾਣ ਸਤਿਗੁਰੂ ਜੀ, ਨਿਓਟਿਆਂ ਦੀ ਓੜ ਸਤਿਗੁਰੂ ਜੀ, ਨੇ ਆਸਰਿਆਂ ਦੇ ਆਸਰੇ ਸਤਿਗੁਰੂ ਜੀ, ਨੇ ਪੱਤਿਆਂ ਦੀ ਪੱਤ ਸਤਿਗੁਰੂ ਜੀ, ਨੇ ਗੱਤਿਆਂ ਦੀ ਗੱਤ ਸਤਿਗੁਰੂ ਜੀ, ਧੰਨ ਧੰਨ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਾ ਕੋਟਾਨ ਕੋਟ ਸ਼ੁਕਰ 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 ਮਹਾਰਾਜ। ਅੱਜ ਆਪ ਜੀ ਨੇ ਮੇਰਾਮਤ ਕੀਤੀ ਹੈ, ਆਪਣੀ ਸੰਗਤਾਂ 'ਤੇ ਕਿਰਪਾ ਕੀਤੀ ਹੈ, ਤਰਸ ਬਣਾਇਆ ਸੱਚੇ ਪਾਤਸ਼ਾਹ ਜੀਓ। ਆਪ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਹੈ, ਅੰਮ੍ਰਿਤ ਵੇਲੇ ਆਪਣੀ ਗੋਦੀ ਦਾ ਨਿੱਘ ਬਖਸ਼ਿਆ ਹੈ ਸੱਚੇ ਪਾਤਸ਼ਾਹ ਜੀਓ। ਆਪ ਜੀ ਨੇ ਕਿਰਪਾ ਵਰਤਾਈਏ, ਤਰਸ ਕਰਕੇ ਆਪਣੀ ਗੋਦੀ 'ਚ ਬਿਠਾ ਕੇ ਗੁਰਮੰਤਰ ਦੇ ਜਾਪ, ਗੁਰਸ਼ਬਦ ਦੇ ਜਾਪ, ਸ਼ਬਦ ਕੀਰਤਨ ਵਿਚਾਰਾਂ ਦੀ ਆਪ ਜੀ ਨੇ ਤਰਸ ਕਰਕੇ, ਛੇ ਪੌੜੇ ਆਨੰਦ ਸਾਹਿਬ ਜੀ ਦੀ ਆਪ ਜੀ ਨੇ ਤਰਸ ਕਰਕੇ ਸੇਵਾ ਲਈ ਹੈ ਸੱਚੇ ਪਾਤਸ਼ਾਹ ਜੀ। ਉਹ ਬਾਣੀ ਪੜ੍ਹਦਿਆਂ ਸੁਣਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਖਿੰਨ ਖਿੰਨ ਭੁੱਲਣ ਹਾਰ ਹਾਂ ਗੁਰ ਪਿਤਾ ਜੀ ਬਖਸ਼ ਲੈਣਾ। ਅੱਗੋਂ ਤੋਂ ਸ਼ੁੱਧ ਅਤੇ ਸਪਸ਼ਟ ਬਾਣੀ ਪੜਵਾਉਣੀ, ਬਾਣੀ ਦੇ ਭਾਵ ਮਨ ਵਿੱਚ ਉਸਾਉਣਾ ਜੀ, ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਦੇ ਰਹਿਣਾ, ਨਾ ਭੁੱਲਣਾ ਨਾ ਭੁਲਾਉਣਾ, ਨਾ ਵਿਸਰਨਾ ਨਾ ਵਿਸਾਰਨਾ ਮਹਾਰਾਜ, ਤਰਸ ਕਰਨਾ ਸੱਚੇ ਪਾਤਸ਼ਾਹ ਜੀ, ਨਿੱਤ ਨਿੱਤ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਦੇ ਰਹਿਣਾ, ਨਿੱਤ ਨਿੱਤ ਆਪਣੀ ਪਿਆਰੀ ਸੰਗਤ ਕਰਨ ਦੀ ਦਾਤ ਬਖਸ਼ਦੇ ਰਹਿਣਾ, ਤਰਸ ਬਣਾਈ ਰੱਖਣਾ ਮਹਾਰਾਜ, ਚਾਰ ਪੈਰ ਰਹਿਣ। ਆਪ ਜੀ ਦੀ ਕਿਰਪਾ ਸਦਕਾ ਸੁੱਖਾਂ ਭਰੀ ਬਤੀਤ ਹੋਈ ਹੈ, ਚਾਰ ਪੈਰ ਦਿਨ ਆਇਆ ਮਹਾਰਾਜ। ਤਰਸ ਕਰਨਾ ਆਪਣੀ ਯਾਦ ਬਣਾਈ ਰੱਖਣਾ, ਆਪਣੇ ਪਿਆਰਿਆਂ ਦਾ ਸੰਗ ਬਖਸ਼ਣਾ, ਮਰਾਮਤ ਕਰਨੀ ਸੱਚੇ ਪਾਤਸ਼ਾਹ ਜੀਓ। ਆਪ ਜੀ ਦੀ ਵਰਸਾਈ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਦੀ ਮਹਾਰਾਜ, ਤਰਸ ਕਰਕੇ ਆਪ ਜੀ ਕਿਰਪਾ ਕਰੋ ਵਾਹਿਗੁਰੂ ਭਾਈ ਸਾਹਿਬ ਭਾਈ ਗੁਰੂ ਸ਼ਰਨ ਸਿੰਘ ਜੀ ਨੂੰ, ਦੇਹ ਰੋਗਤਾ ਦੇ ਦਾਨ ਬਖਸ਼ੋ, ਚੜ੍ਹਦੀ ਕਲਾ ਬਖਸ਼ੋ ਮਹਾਰਾਜ। ਆਪ ਨਾਮ ਜਪਦੇ ਰਹਿਣ ਅਤੇ ਸਾਨੂੰ ਸਾਰੀਆਂ ਸੰਗਤਾਂ ਨੂੰ ਨਾਮ ਜਪਵਾਉਂਦੇ ਰਹਿਣ, ਮਰਾਮਤ ਕਰਨੀ ਤਰਸ ਬਣਾਈ ਰੱਖਣਾ, ਆਪਣੇ ਬੱਚਿਆਂ 'ਤੇ ਕਿਰਪਾ ਵਰਤਾਈ ਰੱਖਣਾ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਹਸੂਰ, ਆਪ ਜੀ ਦੀ ਕਿਰਪਾ ਸਦਕਾ ਕਿਸਾਨੀ ਮੋਰਚੇ ਦੀ ਫਤਿਹ ਵਾਸਤੇ ਅਤੇ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਦੀ ਦੇਹ ਰੋਗਤਾ ਦੇ ਵਾਸਤੇ, ਆਪ ਜੀ ਦੀ ਪਿਆਰੀਆਂ ਲਾਡਲੀਆਂ ਸੰਗਤਾਂ ਨੇ ਮਹਾਰਾਜ, ਤਰਸ ਕਰਕੇ ਮੂਲ ਮੰਤਰ ਦੇ 268,065 ਜਾਪ, ਵਾਹਿਗੁਰੂ ਜਾਪ ਦੇ 14,41,291 ਜਾਪ,
ਜਪਜੀ ਸਾਹਿਬ ਜੀ ਦੇ 2617 ਜਾਪ, ਚੌਪਈ ਸਾਹਿਬ ਜੀ ਦੇ 9390 ਜਾਪ ਦੀ ਆਪ ਜੀ ਦੇ ਚਰਨਾਂ 'ਚ ਭੇਟਾ ਰੱਖਦੇ ਹਾਂ। ਮਹਾਰਾਜ ਤਰਸ ਕਰੋ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਬਾਣੀ ਪੜ੍ਹੀ ਹੈ ਸੱਚੇ ਪਾਤਸ਼ਾਹ ਜੀ, ਉਹ ਬਾਣੀ ਦਰ ਪ੍ਰਵਾਨ ਕਰਨੀ, ਮਰਾਮਤ ਕਰਨਾ ਸੱਚੇ ਪਾਤਸ਼ਾਹ ਜੀ, ਉਹ ਤਰਸ ਬਣਾਈ ਰੱਖਣਾ, ਆਪਣੀ ਸਭਾ ਨੂੰ ਹੋਰ ਚੜ੍ਹਦੀ ਕਲਾ ਬਖਸ਼ਣਾ, ਨਾਮ ਦੇ ਇੰਜੇ ਹੀ ਪੈਰੇ ਲੱਗਦੇ ਰਹਿਣ, ਸੰਗਤਾਂ ਦਾ ਇਕੱਠ ਹੁੰਦਾ ਰਹੇ, ਅਸੀਂ ਮਰਾਮਤ ਕਰੋ, ਤਰਸ ਕਰੋ ਸੱਚੇ ਪਾਤਸ਼ਾਹ ਜੀ। ਉਹ ਆਪ ਜੀ ਚਰਨਾਂ 'ਚ ਬੇਨਤੀ ਹੈ, ਇਸ ਸਮੇਂ ਆਪ ਜੀ ਆਪਣੇ ਇਲਾਹੀ ਦਰਗਾਹੀ ਹੁਕਮਨਾਮੇ ਬਖਸ਼ੋ, ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ ਸੱਚੇ ਪਾਤਸ਼ਾਹ ਜੀ। ਉਹ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਆਪ ਜੀ ਨੂੰ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਪ ਜੀ ਆਗਿਆ ਬਖਸ਼ਣੀ, ਤਰਸ ਬਣਾਈ ਰੱਖਣਾ ਸੱਚੇ ਪਾਤਸ਼ਾਹ ਜੀ। ਉਹ ਮਰਾਮਤ ਕਰਨੀ, ਅੱਖਰ ਵਾਧਾ ਘਾਟਾ ਪੜਿਆ ਭੁੱਲ ਚੁੱਕ ਮਾਫ਼ ਕਰਨੀ, ਸਰਬਤੇ ਕਾਰੇ ਰਾਸ ਕਰਨੇ, ਸਹੀ ਪਿਆਰੇ ਮੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਬੋਲੇ ਸੋਨੇਹਾਰ ਦੇਖਤੇ ਪੰਥ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਧਨਾ ਸ੍ਰੀ ਮਹੱਲਾ ਪੰਜਵਾਂ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ,
हाथ दे राखै अपने को सास सास प्रत पाले औखी घड़ी ना देखण देई अपना बिरद संभाले हाथ दे राखै अपने को सास सास प्रत पाले प्रभ स्यो लाग रहो मेरा चीत आद अंत प्रभ सदा सहाय तन हमारा मीत रहाओ मन बिलास पए साहिब के अचरज देख बढ़ाई हर सिमर सिमर आनंद कर नानक प्रभ पूरन पैज रखाई मन बिलास पए साहिब के अचरज देख बढ़ाई हर सिमर सिमर आनंद कर नानक प्रभ पूरन पैज रखाई वाहे गुरु जी का खालसा वाहे गुरु जी की फतेह।